ਸ਼ਾਂਤੀਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਮੋੜ ਲੈ ਆਂਦਾ। ਤੱਤੀ ਤਵੀ ਤੇ ਤਪਦੀ ਰੇਤ ਤੱਤੀ। ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਗੱਦੀ ਸੰਭਾਲਦਿਆਂ ਹੀ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਣ ਸਪਸ਼ਟ ਕਰ ਦਿੱਤਾ ਕਿ ਜ਼ੁਲਮ ਅਤੇ ਜਬਰ ਅੱਗੇ ਝੁਕਿਆ ਨਹੀਂ ਜਾਵੇਗਾ। ਹਾਲਾਤਾਂ ਦੇ ਚਲਦਿਆਂ ਹਕੂਮਤ ਨੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਲਹਿਰ ਨੂੰ ਬਹੁਤੀ ਦੇਰ ਦਬਾਇਆ ਨਹੀਂ ਜਾ ਸਕਦਾ ਅਤੇ ਹਕੂਮਤ ਨੇ ਗੁਰੂ ਸਾਹਿਬ ਜੀ ਨੂੰ ਰਿਹਾ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲੇ ਵਿੱਚੋਂ ਰਿਹਾ ਹੋ ਕੇ ਬਾਹਰ ਆਉਣਾ ਸਵੀਕਾਰ ਨਾ ਕੀਤਾ ਅਤੇ ਉਹਨਾਂ ਦੀ ਰਹਿਮਤ ਸਦਕਾ ਕਿਲੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀ ਖਾਨੇ ਤੋਂ ਮੁਕਤੀ ਮਿਲੀ। ਸਤਿਗੁਰ ਬੰਦੀ ਛੋੜ ਹੈ, ਬੰਦੀ ਛੋੜ ਹੈ ਜੋ ਆਉਣ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨੇ ਤੁਰਦੇ ਹੈ ਸੰਤ ਅੰਤ ਲੈ ਗਏ ਮੁਕਤਵਰ। ਵਾਹਿਗੁਰੂ ਭਗਵਾਨ ਦੇ ਦਿਗਾਰੇ ਜਾਵੇ ਨਾ ਰੋਜਾ ਨਾ ਦਾ ਸਹਿਬ ਦੇਵਨ ਪਾਵੇ ਜਬ ਸ੍ਰੀ ਅਕਾਲ। ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ 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 ਸਾਹਿਬ ਜੀ
ਬੇਨਤੀ ਕੀਤੀ ਮੈਂ ਉਧਰੋਂ ਨੀ ਇੱਧਰ ਆਉਣ ਵਾਸਤੇ ਨਹੀਂ ਪਿੱਛੇ ਡਰ ਕੇ ਬੈਠੋ ਬੇਟਾ ਜੀ ਪਿੱਛੇ ਡਰ ਕੇ ਬੈਠੋ ਮੈਂ ਉਧਰੋਂ ਨੀ ਇੱਧਰ ਥੋੜੀ ਨਾ ਚੱਲਿਆ ਦਾ ਮੈਂ ਬੇਟਾ ਪਿੱਛੇ ਕੁਰਸੀਆਂ ਲੱਗੀਆਂ ਉੱਥੇ ਬੈਠੋ ਪਿੱਛੇ ਕੁਰਸੀਆਂ ਲੱਗੀਆਂ ਉੱਥੇ ਬੈਠੋ ਪਤਾ ਨੀ ਸਿਖਾ ਲਿਆ ਪਿੱਛੇ ਬੈਠੀ ਜਗ੍ਹਾ ਖਾਲੀ ਆ ਜਗ੍ਹਾ ਖਾਲੀ ਕਰੋ ਖੋਲੀ ਪਿੱਛੇ ਡਰ ਕੇ ਬੈਠੋ ਸਾਹਿਬ 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 ਸਾ
जगरूप सिंह मेरी बात सुन रहे हैं, सरदार जगरूप सिंह Thank you.